ਪਾਠ 8ਵਾਂ ਲਿੰਗ ਵੇਖੋ ਪੜੋ ਅਤੇ ਸਮਝੋ ਰਾਜਾ ਅਤੇ ਰਾਣੀ ਦਰਬਾਰ ਵਿੱਚ ਬੈਠੇ ਹਨ ਅਧਿਆਪਕ ਅਤੇ ਅਧਿਆਪਕਾ ਜੀ ਸਕੂਲ ਜਾ ਰਹੇ ਹਨ ਮੋਰ ਅਤੇ ਮੋਰਨੀ ਬਾਗ ਵਿੱਚ ਹਨ ਭੈਣ ਭਰਾ ਦੇ ਰਖੜੀ ਬਨ ਰਹੀ ਹੈ ਇਨ੍ਹਾਂ ਵਾਕਾਂ ਵਿੱਚ ਰਾਜਾ ਅਧਿਆਪਕ ਮੋਰ ਅਤੇ ਭਰਾ ਸ਼ਬਦ ਪੁਰਖ ਜਾਤੀ ਨਾਲ ਸੰਬੰਧਿਤ ਹਨ ਰਾਣੀ ਅਧਿਆਪਕਾ ਮੋਰਨੀ ਅਤੇ ਭੈਣ ਸ਼ਬਦ ਇਸਤਰੀ ਜਾਤੀ ਨਾਲ ਸੰਬੰਧ ਰੱਖਦੇ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਕੁਝ ਸ਼ਬਦ ਨਰ ਜਾਤੀ ਦੇ ਜੀਵਾਂ ਲਈ ਅਤੇ ਕੁਝ ਮਾਦਾ ਜਾਤੀ ਦੇ ਜੀਵਾਂ ਲਈ ਵਰਤੇ ਜਾਂਦੇ ਹਨ ਲਿੰਗ ਦੀ ਪਰਿਭਾਸ਼ਾ ਸ਼ਬਦਾਂ ਦੇ ਜਿਸ ਰੂਪ ਨਾਲ ਪੁਰਖ ਅਤੇ ਇਸਤਰੀ ਦੇ ਅੰਤਰ ਦਾ ਗਿਆਨ ਹੁੰਦਾ ਹੈ ਉਸ ਨੂੰ ਲਿੰਗ ਕਿਹਾ ਜਾਂਦਾ ਹੈ ਲਿੰਗ ਦੀਆਂ ਕਿਸਮਾਂ ਲਿੰਗ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਪਹਿਲਾ ਪੁਲਿੰਗ ਦੂਜਾ ਇਸਤਰੀ ਲਿੰਗ ਪੁਲਿੰਗ ਉਹ ਸ਼ਬਦ ਜਿਨ੍ਹਾਂ ਤੋਂ ਪੁਰਖ ਰੂਪ ਦਾ ਬੋਧ ਹੋਵੇ ਉਸ ਨੂੰ ਪੁਲਿੰਗ ਕਿਹਾ ਜਾਂਦਾ ਹੈ ਜਿਵੇਂ ਸ਼ੇਰ ਕੋੜਾ ਮੁੰਡਾ ਪਿਤਾ ਆਦਿ ਇਸਤਰੀ ਲਿੰਗ ਉਹ ਸ਼ਬਦ ਜਿਨ੍ਹਾਂ ਤੋਂ ਇਸਤਰੀ ਰੂਪ ਦਾ ਬੋਧ ਹੋਵੇ ਉਸ ਨੂੰ ਇਸਤਰੀ ਲਿੰਗ ਕਿਹਾ ਜਾਂਦਾ ਹੈ ਜਿਵੇਂ ਸ਼ੇਰਨੀ ਕੋੜੀ ਕੁੜੀ ਮਾਤਾ ਆਦਿ ਉਦਾਹਰਨਾਂ ਚਾਚਾ ਚਾਚੀ ਭਗਤ ਭਗਤਣੀ ਸਰਦਾਰ ਸਰਦਾਰਨੀ ਵਕੀਲ ਵਕੀਲਣੀ ਲਿੰਗ ਬਦਲੀ ਪੁਲਿੰਗ ਸ਼ਬਦਾਂ ਨੂੰ ਇਸਤਰੀ ਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਨੂੰ ਪੁਲਿੰਗ ਸ਼ਬਦਾਂ ਵਿੱਚ ਬਦਲਣ ਦੀ ਕਿਰਿਆ ਨੂੰ ਲਿੰਗ ਬਦਲੀ ਕਿਹਾ ਜਾਂਦਾ ਹੈ ਵੇਖੋ ਅਤੇ ਪੜੋ ਪੁਲਿੰਗ ਇਸਤਰੀ ਲਿੰਗ ਸੋਟਾ ਸੋਟੀ ਚਾਚਾ चाची नाना नानी घोड़ा घोड़ी पखा पखी खोता खोती मंगता मंगती दास दासी तरखान तरखानी ब्राह्मण ब्राह्मणी काका काकी कुर्ता, कुर्ती, आरा आरी वच्छा वच्छी दोता दोती मोटा मोटी हट हट्टी हिरन हिरनी कुकड़ कुकड़ी चरखा चरखी ਈ ਵਧਾਉਣ ਨਾਲ ਬਣੇ ਇਸਤਰੀ ਲਿੰਗ ਪੁਲਿੰਗ ਇਸਤਰੀ ਲਿੰਗ ਸੰਤ ਸੰਤਣੀ ਭਗਤ ਭਗਤਣੀ ਸੱਪ ਸੱਪਣੀ ਊਠ ਊਠਣੀ ਨਾਗ ਨਾਗਣੀ ਰਾਗ ਰਾਗਣੀ ਵਕੀਲ ਵਕੀਲਣੀ ਸਾਧ ਸਾਧਣੀ ਨੀ ਵਧਾਉਣ ਨਾਲ ਬਣੇ ਇਸਤਰੀ ਲਿੰਗ ਪੁਲਿੰਗ ਇਸਤਰੀ ਲਿੰਗ ਸ਼ੇਰ ਸ਼ੇਰਨੀ ਮੋਰ ਮੋਰਨੀ ਚੋਰ ਚੋਰਨੀ ਸਰਦਾਰ ਸਰਦਾਰਨੀ ਸੇਵਾਦਾਰ ਸੇਵਾਦਾਰਨੀ ਜਮਾਦਾਰ ਜਮਾਦਾਰਨੀ ਹਵਲਦਾਰ ਹਵਲਦਾਰਨੀ ਬਾਜੀਗਰ ਬਾਜੀਗਰਨੀ ਕੰਨਾ ਵਧਾਉਣ ਨਾਲ ਬਣੇ ਇਸਤਰੀ ਲਿੰਗ ਪੁਲਿੰਗ ਇਸਤਰੀ ਲਿੰਗ ਲੇਖਕ ਲੇਖਕਾ ਅਧਿਆਪਕ ਅਧਿਆਪਕਾ ਪਾਠਕ ਪਾਟਕਾ ਗਾਇਕ ਗਾਇਕਾ ਨਾਇਕ ਨਾਇਕਾ ਸੇਵਕ ਸੇਵਕਾ ਕੰਨਾ ਅਤੇ ਣਾਣੇ ਬਿਆਰੀ ਣੀ ਵਧਾਉਣ ਨਾਲ ਬਣੇ ਇਸਤਰੀ ਲਿੰਗ ਪੁਲਿੰਗ ਇਸਤਰੀ ਲਿੰਗ ਜੇਠ ਜੇਠਾਣੀ ਸੇਠ ਸੇਠਾਣੀ ਪੰਡਤ ਪੰਡਤਾਣੀ ਨੌਕਰ ਨੌਕਰਾਨੀ ਦਿਓਰ ਦਿਉਰਾਣੀ ਮਾਸਟਰ ਮਾਸਟਰਾਨੀ ਜਿਨ੍ਹਾਂ ਉੱਤੇ ਕੋਈ ਨਿਯਮ ਲਾਗੂ ਨਹੀਂ ਹੁੰਦਾ ਪੁਲਿੰਗ ਇਸਤਰੀ ਲਿੰਗ ਪਿਓ ਮਾਂ ਪਿਤਾ ਮਾਤਾ ਫਫੜ ਪੂਆ ਜਵਾਈ ਧੀ ਮਾਸੜ ਮਾਸੀ ਬਾਦਸ਼ਾ ਮਲਕਾ ਭਰਾ ਪਰਜਾਈ ਭੈਣ ਸਾਹਿਬ ਮੇਮ ਕਵੀ ਕਵਿਤਰੀ ਪੁੱਤਰ ਨੂੰ ਮਰਦ ਧੀਵੀ ਪੁਰਖ ਇਸਤਰੀ ਉੱਲੂ ਬਤੌਰੀ ਗੱਭਰੂ ਮੁਟਿਆਰ ਵਰ ਕੰਨਿਆ ਨਵਾਬ ਬੇਗਮ ਆਓ ਦੁਹਰਾਇਏ ਲਿੰਗ ਤੋਂ ਪੁਰਖ ਅਤੇ ਇਸਤਰੀ ਜਾਤੀ ਦੇ ਅੰਤਰ ਦਾ ਗਿਆਨ ਹੁੰਦਾ ਹੈ ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ ਪੁਲਿੰਗ ਇਸਤਰੀ ਲਿੰਗ ਪੁਰਖ ਜਾਤੀ ਦੇ ਭੇਦ ਨੂੰ ਦੱਸਣ ਵਾਲੇ ਪੁਲਿੰਗ ਸ਼ਬਦ ਹੁੰਦੇ ਹਨ ਇਸਤਰੀ ਜਾਤੀ ਦੇ ਭੇਦ ਦੱਸਣ ਵਾਲੇ ਸ਼ਬਦ ਇਸਤਰੀ ਲਿੰਗ ਹੁੰਦੇ ਹਨ